ਜਿੱਥੇ ਉਹਨਾਂ ਨੇ ਮੇਰੀ ਜੱਜਮੈਂਟ ਕੀਤੀ ਸੀ ਉੱਥੇ ਮੈਨੂੰ ਸੈਕਿੰਡ ਪ੍ਰਾਈਜ਼ ਦਿੱਤਾ, ਮੈਨੂੰ ਥਾਪੜਾ ਵੀ ਦਿੱਤਾ ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਕੋਲ ਆਇਆ ਕਿ ਮੈਨੂੰ ਸ਼ਾਗਿਰਦ ਕਰੋ। ਉਹਨਾਂ ਨੇ ਕਿਹਾ ਨਹੀਂ ਨਹੀਂ ਮੈਂ ਚਾਹੁੰਦਾ ਕਿ ਤੂੰ ਮੇਰੇ ਗੁਰੂ ਜੀ ਦਾ ਸ਼ਾਗਿਰਦ ਹੋ। ਤੇ ਸਭ ਤੋਂ ਪਹਿਲਾਂ ਜਿਹੜਾ ਆਟੋਗ੍ਰਾਫ ਸੀ, ਮਿਊਜ਼ਿਕ ਇਜ਼ ਦਾ ਫੂਡ ਫਾਰ ਸੋਲ, ਉਹ ਵੀ ਹੰਸ ਭਾਜੀ ਨੇ ਜਲੰਧਰ ਦੇ ਇੱਕ ਹੋਟਲ ਦੇ ਵਿੱਚ ਬੈਠ ਕੇ ਮੈਨੂੰ ਦਿੱਤਾ ਸੀ। ਕੀ ਬਾਤ ਹੈ, ਸਵੀਟ ਮੈਮਰੀਜ਼ ਆ। ਅਬਿੰਦ ਰੱਖਿਆ ਸਾਹਿਬ, ਬਿੰਦਰਖੀਆ ਤੇ ਅਸੀਂ ਬਹੁਤ ਕੰਪੀਟੀਸ਼ਨ ਲੜੇ ਸੀ ਤੇ ਬਹੁਤ ਉਹ ਸੀਨੀਅਰ ਸੀ ਥੋੜੇ। ਹਾਂਜੀ, ਮਿਰਜ਼ਾ ਬਹੁਤ ਗਾਇਆ ਇਕੱਠਿਆਂ ਜੀ। ਮੈਂ ਹਮੇਸ਼ਾ ਸੈਕਿੰਡ ਆਉਂਦਾ ਸੀ ਤੇ ਉਹ ਫਸਟ ਆਉਂਦਾ ਸੀ, ਉਹ ਸਾਰੰਗੀ ਨਾਲ ਗਾਉਂਦੇ ਸੀ। ਹਾਂਜੀ, ਤੇ ਉਹ ਢਾਈਏ ਦਾ ਮਿਰਜ਼ਾ ਨੇ ਚੜਦੇ ਮਿਰਜ਼ੇ ਖਾਨ ਨੂੰ। ਫਿਰ ਉਸ ਤੋਂ ਬਾਅਦ ਅਸੀਂ ਬਹੁਤ ਇੱਕ ਵਾਰ ਪਟਿਆਲੇ ਦੀ ਗੱਲ ਹੈ, ਪੰਮੀ ਬਾਈ ਹੋਣਾਂ ਦੇ ਨਾਲ ਮੈਂ ਉਹਨਾਂ ਦੇ ਨਾਲ ਬਿੰਦਰਖੀ ਨਾਲ ਵਾਜਾ ਵਜਾਇਆ। ਦੈਨ ਇੱਕ ਇੱਕ ਵਾਰ ਫਿਰ ਪਠਾਨਕੋਟ, ਉਦੋਂ ਮਿਲਵਰਤਨ ਇੱਕ ਪ੍ਰੋਗਰਾਮ ਚੱਲਦਾ ਸੀ ਗੁਰਦਾਸਪੁਰ ਤੋਂ, ਤੇ ਮਲਕਪੁਰ ਜਿਹੜੀ ਇੱਕ ਨਹਿਰ ਜੀ ਹੈ ਉਹਦੇ ਵਿੱਚ ਸਟੇਜ ਲੱਗੀ ਸੀ, ਉੱਥੇ ਅਸੀਂ ਇਕੱਠਿਆਂ ਨੇ ਗਾਇਆ। ਬਹੁਤ ਇਕੱਠੇ ਗਾਇਆ ਸੀ। ਫਿਰ ਮੈਂ ਇੱਕ ਹੋਰ ਮੈਮਰੀ ਤੁਹਾਨੂੰ ਦੱਸਦਾ, ਜਿਹੜੀ ਮੇਰੇ ਸਿਸਟਰ ਤੇ ਮੈਂ ਅਸੀਂ ਰੋਪੜ ਵਿਆਹ ਤੇ ਗਏ ਸੀ ਕਿਤੇ ਜੀ, ਮੇਰੀ ਸਿਸਟਰ ਦੀ ਸਹੇਲੀ ਦਾ ਤੇ ਬ੍ਰਦਰ ਦਾ ਵਿਆਹ ਸੀ, ਉਹ ਬਰਾਤ ਚੱਲ ਗਏ, ਮੈਂ ਛੋਟਾ ਸੀ। ਤੇ ਇੱਕ ਮੈਂ ਸਕੂਟਰ ਖੋਲਿਆ, ਚਾਬੀ ਚੁਬੀ ਲੈ ਕੇ ਉਹਨੂੰ ਮਤਲਬ ਉਹਦਾ ਲੌਕ ਜਿਹਾ ਤੋੜ ਲਿਆ। ਫਿਰ ਮੈਂ ਸਿੱਧਾ ਰੋਪੜ ਆਇਆ ਤੇ ਮੈਨੂੰ ਪਤਾ ਸੀ ਇੱਥੇ ਰੋਪੜ ਦੇ ਨਾਲ ਬਿੰਦਰਖ ਪਿੰਡ ਆ ਜਿੱਥੇ ਬਿੰਦਰਖੀਆ ਦਾ ਪਿੰਡ ਜੀ, ਤੇ ਮੈਂ ਉੱਥੇ ਗਿਆ। ਉਹ ਬਿੰਦਰਖੀਆ ਨਹੀਂ ਸੀ ਹੈਗਾ, ਬਟ ਉਹਦੇ ਡੈਡੀ ਉੱਥੇ ਬਾਹਰ ਇੱਕ ਤਖ਼ਤ ਲੱਗਿਆ ਹੋਇਆ ਸੀ, ਪਰ ਪਹਿਲਵਾਨ ਸੀਗੇ, ਖੁੰਡਾ ਫੜਿਆ ਹੋਇਆ ਸੀ ਉਹਨਾਂ ਨੇ, ਉੱਥੇ ਬੈਠੇ ਹੋਏ ਸੀ। ਮੈਂ ਕਿਹਾ ਜੀ ਮੈਂ ਬਿੰਦਰਖੀਆ ਦਾ ਦੋਸਤ ਹਾਂ, ਤੇ ਕਹਿੰਦੇ ਕਿੱਥੋਂ ਆਇਆ ਕਾਕਾ? ਮੈਂ ਕਿਹਾ ਮੈਂ ਜੀ ਗੁਰਦਾਸਪੁਰ ਤੋਂ ਆਇਆ। ਕਹਿੰਦੇ ਉੱਥੇ ਪਤਾ ਨਹੀਂ ਚਾਈਨਾ ਜਾਂ ਜਪਾਨ ਕਿਤੇ ਗਿਆ ਸੀ, ਉਹਨੇ ਤਾਂ ਥੋੜੇ ਦਿਨ ਠਹਿਰ ਕੇ ਆਉਣਾ, ਕੁਛ ਪੀਏਗਾ ਖਾਏਗਾ, ਮੈਂ ਮੈਨੂੰ ਚਾਹ ਚੁੱਪ ਲਾ ਕੇ ਭੇਜਿਆ। ਬੜੀ ਮੈਮਰੀ ਸੀ ਉਹਨਾਂ ਦੀ। ਸਰਦੂਲ ਸਿਕੰਦਰ ਸਾਹਿਬ, ਉਹ ਤੇ ਬਹੁਤ ਹੀ ਮੈਮਰੀ ਸੀ ਉਹਨਾਂ ਨਾਲ, ਤੇ ਕਮਾਲ ਕਮਾਲ ਦੀ ਮੈਮਰੀ ਸੀ ਜੀ। ਤੇ ਜਦੋਂ ਵੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਇਹ ਭਟਕਦੀ ਰੂਹ ਹੈ, ਮੈਨੂੰ ਹਮੇਸ਼ਾ ਕਹਿੰਦੇ ਸੀ, ਕਹਿੰਦੇ ਤੂੰ ਘੁੰਮਦਾ ਹੀ ਰਹਿਣਾ, ਤੂੰ ਗੱਡੀ 'ਚ ਰਹਿਣਾ ਹਮੇਸ਼ਾ। ਫਿਰ ਹਮੇਸ਼ਾ ਮੈਨੂੰ ਕਹਿੰਦੇ ਸੀ ਵੀ ਤੂੰ, ਉਹ ਬਹੁਤ ਮੈਮਰੀ ਉਹਨਾਂ ਨਾਲ, ਤੇ ਮਤਲਬ ਤੁਹਾਨੂੰ ਕੀ ਦੱਸੀਏ, ਉਹ ਬਹੁਤ ਅੱਛੇ ਅੱਛੇ ਦਿਨ ਗੁਜ਼ਾਰੇ। ਜਦੋਂ ਮੈਂ ਉਹਨਾਂ ਦਾ ਲਾਈਵ ਕੀਤਾ ਸੀਗਾ, ਮੈਨੂੰ ਯਾਦ ਆ ਉਹਨਾਂ ਨੇ ਕਿਡਨੀ ਰਿਪਲੇਸ ਹੋਈ ਸੀ, ਉਹਨਾਂ ਦੀ ਟ੍ਰਾਂਸਪਲਾਂਟ ਹੋ ਕੇ ਆਈ ਸੀ, ਤੇ ਕਹਿੰਦੇ ਯਾਰ ਮੇਰੇ ਕੋਲ ਜ਼ੋਰ ਨਹੀਂ ਲੱਗਣਾ, ਤੇ ਮੈਂ ਬਾਹਰ ਖੜਾ ਹੋ ਕੇ ਗਾਣਾ ਸ਼ੁਰੂ ਕੀਤਾ, ਤੇ ਉਹਨਾਂ ਨੇ ਕਿਹਾ ਸੁਰ ਲਗਾਉਣੇ ਸ਼ੁਰੂ ਕੀਤੇ, ਉਹ ਦੁਨੀਆਂ ਦੇ ਵਿੱਚ ਮਸ਼ਹੂਰ ਹੋ ਗਿਆ ਸੀ ਉਹ ਪੂਰਾ ਲਾਈਵ। ਫਿਰ ਮੈਨੂੰ ਜਦੋਂ ਮੈਂ ਦਿੱਲੀ ਤੱਕ ਆਇਆ ਤੇ ਬਹੁਤ ਜ਼ਿਆਦਾ ਉਹਦੇ ਵਿਊਜ਼ ਆ ਗਏ ਸੀਗੇ ਫੇਸਬੁੱਕ ਤੇ, ਉਹ ਲਾਈਵ ਸੀਗਾ। ਤੇ ਭਾਜੀ ਕਹਿੰਦੇ ਕਿ ਯਾਰ ਤੂੰ ਤੇ ਮੈਨੂੰ ਫਿਰ ਦੁਬਾਰਾ ਤੋਂ ਜ਼ਿੰਦਾ ਕਰਤਾ, ਵੀ ਮੈਂ ਤੇ ਸੋਚਦਾ ਸੀ ਹੁਣ ਮੇਰੇ ਕੋਲ ਗਾਇਆ ਨਹੀਂ ਜਾਣਾ ਇੱਦਾਂ ਕਰਕੇ ਜੀ। ਦੈਨ ਫਿਰ ਉਸ ਤੋਂ ਬਾਅਦ ਕਈ ਮੁਲਾਕਾਤਾਂ ਹੋਈਆਂ, ਬੜੀ ਵਾਰੀ ਭਾਜੀ ਤੇ ਗਾਉਂਦੇ ਰਹਿੰਦੇ ਸੀ, ਮੈਂ ਉਹਨਾਂ ਕੋਲ ਸਭ ਤੋਂ ਜ਼ਿਆਦਾ ਸੁਣਦਾ ਸੀ ਛੋਟੇ ਸਾਹਿਬਜ਼ਾਦਿਆਂ ਦੀ, ਉਹਨਾਂ ਨੂੰ ਬਹੁਤ ਪ੍ਰਸੰਗ ਜਿਹੜੇ ਸੀ ਉਹ ਉਹਨਾਂ ਦੇ ਬਾਰੇ ਸਟੋਰੀਜ਼ ਤੇ ਉਹਨਾਂ ਦੇ ਬਾਰੇ ਗੀਤ ਜਿਹੜੇ ਸੀ ਉਹਨਾਂ ਨੂੰ ਬਹੁਤ ਯਾਦ ਸੀ, ਨਰਿੰਦਰ ਬੀਬਾ ਜੀ ਉਹਨਾਂ ਦੇ ਆਪਣੇ ਵੀ, ਕਿਉਂਕਿ ਉਸ ਇਲਾਕੇ ਦੇ ਵੀ ਹੈ ਔਰ ਉਹ ਕੀਰਤਨ ਵੀ ਕਰਦੇ ਸੀ, ਤੇ ਸਿੱਖ ਇਤਿਹਾਸ ਬਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਪਤਾ ਸੀ। ਬਿਲਕੁਲ, ਹੀਰ ਦੀ ਤੁਸੀਂ ਗੱਲ ਅਕਸਰ ਕਰਦੇ ਹੋ, ਅਸੀਂ ਦੇਖਿਆ ਬਾਲੀਵੁੱਡ ਪਾਰਟੀਜ਼ ਦੀ ਜਦੋਂ ਗੱਲ ਹੁੰਦੀ ਹੈ ਉੱਥੇ ਵੀ ਹੁੰਦੇ ਹੈ ਜਾਂ, ਸੋ ਸਭ ਤੋਂ ਜ਼ਿਆਦਾ ਇਸ ਚੀਜ਼ ਦੀ ਫਰਮਾਇਸ਼ ਕੌਣ ਕਰਦਾ? ਅਸੀਂ ਤਾਂ ਤੁਹਾਨੂੰ ਸਲਮਾਨ ਦੀ ਪਾਰਟੀ 'ਚ ਵੀ ਦੇਖਿਆ ਔਰ ਤੁਸੀਂ ਸਾਰੇ ਇਕੱਠੇ ਹੀ ਬਹਿੰਦੇ ਹੋ, ਇਕੱਠੇ ਖਾਂਦੇ ਹੋ ਜੀ। ਬਹੁਤ ਸਾਰੇ ਲੋਕ ਹੁਣ ਤਾਂ ਹੀਰ ਦੀ ਫਰਮਾਇਸ਼ ਉਹ ਵੀ ਕਰਨ ਲੱਗ ਗਏ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਹੀਰ ਹੈ ਕੀ, ਹੀਰ ਦੇ ਵਿੱਚ ਕਹਿ ਕੀ ਰਿਹਾ। ਪਰ ਮੈਨੂੰ ਲੱਗਦਾ ਕਿ ਉਹ ਫੈਸ਼ਨ ਦੇ ਤੌਰ ਤੇ ਵੀ ਕਈ ਲੋਕ ਕਹਿੰਦੇ ਆ, ਜਦੋਂ ਉੱਥੇ ਵੀ ਜਿਹੜੀ ਇੱਕ ਸਲਮਾਨ ਭਾਜੀ ਨਾਲ ਵੀ ਮੇਰੀ ਹੀਰ ਜਿਹੜੀ ਪਾਪੂਲਰ ਹੋਈ ਰਜਤ ਜੀ ਦੇ ਘਰ ਦੀ ਗੱਲ, ਉੱਥੇ ਕੁੜੀ ਸਾਡੀ ਦੋਸਤ ਸੁਭਾ, ਤੇ ਉਹਨੇ ਮੈਨੂੰ ਕਿਹਾ ਵੀ ਹੀਰ ਸੁਣਾ ਦਾ। ਮੈਂ ਕਿਹਾ ਤੈਨੂੰ ਪਤਾ ਵੀ ਹੈਗਾ ਹੀਰ? ਮੈਂ ਸੁਣਾਉਣਾ ਚਾਹੁੰਦਾ ਸੀ ਲੌਂਗ ਦਾ ਲਿਸ਼ਕਾਰ ਹੈ, ਕਿਉਂਕਿ ਉਦੋਂ ਅਸੀਂ ਦੂਜੀ ਤੀਜੀ ਵਾਰ ਮਿਲੇ ਸੀ ਮੈਂ ਤੇ ਭਾਜੀ, ਤੇ ਮੈਂ ਕਿਹਾ ਚੱਲ ਯਾਰ ਮੇਰਾ ਵੀ ਕਦੀ ਗਾਣਾ, ਫਿਰ ਉਹਨਾਂ ਨੂੰ ਹੁੰਦਾ ਨਾ ਵੀ ਇਹ ਯਾਰ ਕਮਰਸ਼ੀਅਲ ਗਾਮ ਹੈ, ਪਰ ਉਹਨੇ ਹੀਰ ਬੋਲਿਆ ਤੇ ਮੈਂ ਹੀਰ ਗਾਣੀ ਸ਼ੁਰੂ ਕੀਤੀ ਜੀ। ਤੇ ਮੈਨੂੰ ਇਹ ਵੀ ਲੱਗਿਆ ਚੱਲ ਯਾਰ ਚਾਰ ਪੰਜ ਮੈਂ ਬੰਦ ਬੋਲ ਦਿੰਦਾ, ਤੇ ਉਹ ਦੇਖੋ ਕਿੰਨੀ ਪਾਪੂਲਰ ਹੋ ਗਈ ਉਹਦੀ ਉਹਦੀ ਵੀਡੀਓ ਜਿਹੜੀ ਬਣਾਈ ਸੀ ਉਹ ਬੀਨਾ ਕਾਕ ਉਹਨਾਂ ਨੇ ਬਣਾਈ ਸੀ ਜੀ, ਤੇ ਉਹ ਸਾਹਮਣੇ ਬੈਠੇ ਹੋਏ ਸੀ। ਫਿਰ ਮੈਂ ਦੂਸਰੇ ਦਿਨ ਗਿਆ, ਮੈਂ ਕਿਹਾ ਮੈਨੂੰ ਉਹ ਦਿਖਾ ਦੇ ਦਿਓ ਮੈਂ ਗਾਇਆ ਕਿਵੇਂ ਆ, ਉਹ ਅਕੋਸਟਿਕ ਕਿੱਦਾਂ ਸੀ, ਤੇ ਬਸ ਉਹ ਕਿਸੇ ਨੇ ਪਾ ਦਿੱਤੀ ਤੇ ਬਸ ਵਾਇਰਲ ਹੋ ਗਈ। ਤੇ ਪਰ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਸੱਚਾਈ ਜਿਹੜੀ ਹੈ ਉਹਨੂੰ ਕੋਈ ਦਬਾ ਨਹੀਂ ਸਕਦਾ, ਉਹਨੇ ਆਉਣਾ ਹੀ ਹੈ ਉੱਪਰ ਆਉਣਾ ਹੀ ਆ। ਰਾਈਟ, ਸੋ ਆਪਾਂ ਕਹਿੰਦੇ ਹਾਂ ਕਿ ਜਦੋਂ ਯਾਰ ਦੋਸਤ ਇਕੱਠੇ ਹੋ ਕੇ ਬਹਿੰਦੇ ਆ ਤੇ ਪੰਜਾਬੀ 'ਚ ਕਹਿੰਦੇ ਆ ਸੀਪ ਲਾਉਂਦੇ ਆ ਇੱਕ ਦੂਜੇ ਦੀ, ਹਨਾ। ਸੋ ਮੈਂ ਦੇਖਿਆ ਕਿ ਜਦੋਂ ਵੀ ਤੁਸੀਂ ਮੀਕਾ ਜੀ ਦਲੇਰ ਮਹਿੰਦੀ ਸਾਹਿਬ ਇਕੱਠੇ ਹੁੰਦੇ ਹੋ ਸੋ ਗੱਲ ਭੁੰਜੇ ਕੋਈ ਵੀ ਨਹੀਂ ਪੈਣ ਦਿੰਦਾ, ਹਨਾ। ਮੀਕੇ ਦੀ ਤੇ ਮੇਰੀ ਤੇ ਲੜਾਈ ਚੱਲਦੀ ਰਹਿੰਦੀ ਹੈ ਹਮੇਸ਼ਾ। ਕਿਹੜੀ ਗੱਲ ਨੂੰ ਲੈ ਕੇ? ਇਦਾਂ ਹੀ ਲੈਗ ਪੁਲਿੰਗ ਨੂੰ ਲੈ ਕੇ, ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਮੀਕੇ ਨੇ ਕੁਝ ਨਾ ਕੁਝ ਕਹਿਣਾ ਹੁੰਦਾ ਜੀ। ਮੀਕੇ ਨੇ ਕਹਿਣਾ ਵੀ ਇਹ ਪਰਦੇ ਬਹੁਤ ਮਹਿੰਗੇ ਹੈ, ਮੈਂ ਕਹਿਣਾ ਚੱਲ ਮਹਿੰਗੇ ਤੇ ਬਹੁਤ ਆਉਣਗੇ ਪਰ
ਕਲਰ ਜਿਹੜਾ ਉਹ ਤੇ ਦਿਮਾਗ ਨਾਲ ਖਰੀਦਿਆ ਜਾ ਸਕਦਾ।